ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਿਆਦਾ ਨਿਯਮ ਆਪਣੇ ਅਹੁਦੇਦਾਰਾਂ ਅਤੇ ਦੂਸਰਿਆਂ ਲਈ ਵੱਖ-ਵੱਖ ਹਨ। ਇਸ ਗੱਲ ਦਾ ਖੁਲਾਸਾ ਇੱਕ ਪ੍ਰੈਸ ਮੀਟਿੰਗ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਕੀਤਾ। ਮੰਨਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਖੁੱਲ੍ਹੇਆਮ ਪੰਥਕ ਮਰਿਆਦਾਵਾਂ ਦੀ ਧੱਜੀਆਂ ਉਡਾਉਂਦੇ ਨਜ਼ਰ ਆਉਣ ਲੱਗ ਪਏ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲਾਂ ਦੀ ਕੰਟੀਨ ਅਤੇ ਮੈਸ 'ਚ ਵਿਦਿਆਰਥੀਆਂ ਨੂੰ ਮੀਟ, ਮੱਛੀ, ਮੁਰਗਾ, ਬੱਕਰਾ, ਸੂਰ ਆਦਿ ਪਰੋਸੇ ਜਾ ਰਹੇ ਹਨ। ਮੰਨਾ ਨੇ ਕਿਹਾ ਕਿ ਦੋਹਰੇ ਮਾਪਦੰਡ ਵਾਲੀ ਨੀਤੀ ਨਹੀਂ ਆਉਣੀ ਚਾਹੀਦੀ। ਦੂਜੇ ਪਾਸੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਮਾਮਲਾ ਧਿਆਨ 'ਚ ਆਉਣ ਤੇ ਮੰਨਾ ਨੇ ਕਿਹਾ ਕਿ ਇਸ ਮਾਮਲੇ 'ਚ ਕਾਰਵਾਈ ਹੋਵੇਗੀ। ਮਨਦੀਪ ਸਿੰਘ ਮੰਨਾ ਮੇਰਾ ਨਾਂ ਹੈ ਜੀ। ਮੈਂ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਸੱਦੀ ਹੈ, ਇਹ ਮਕਸਦ ਇਹ ਸੀਗਾ ਕਿ ਇੱਕ ਦਿਨ ਮੀਟ ਮਸਾਲੇ ਦੇ ਉੱਤੇ ਦਰਬਾਰ ਸਾਹਿਬ ਦੀ ਫੋਟੋ ਲੱਗੀ ਔਰ ਸਿੰਘ ਸਾਹਿਬ ਨੇ ਨੋਟਿਸ ਕੀਤਾ, ਸ਼੍ਰੋਮਣੀ ਕਮੇਟੀ ਨੇ ਨੋਟਿਸ ਕੀਤਾ ਇੱਕ ਮੀਟ ਮਸਾਲੇ ਦੇ ਉੱਤੇ, ਜਦਕਿ ਉਹਦੇ ਵਿੱਚ ਮੀਟ ਵੀ ਨਹੀਂ ਹੈਗਾ, ਔਰ ਉਸ ਬੰਦੇ ਦੇ ਨੋਟਿਸ ਤੋਂ ਬਾਅਦ ਈਮੇਲ 'ਤੇ ਮਾਫ਼ੀ ਮੰਗ ਲਈ। ਇਹ ਕੋਈ ਤਰੀਕਾ ਨਹੀਂ ਹੈ ਕਿ ਉਹਨੂੰ ਈਮੇਲ ਦੇ ਉੱਤੇ ਹੀ ਮਾਫ਼ ਕਰ ਦਿੱਤਾ ਜਾਵੇ, ਉਹਨੂੰ ਤਲਬ ਕੀਤਾ ਜਾਂਦਾ, ਕੁਛ ਵੀ ਕੀਤਾ ਜਾਂਦਾ। ਇਹਦੇ ਨਾਲ ਨਾਲ ਜਿਹੜੀ ਮੈਂ ਅੱਜ ਇਹਨਾਂ ਦੀ ਪੋਲ ਖੋਲ੍ਹੀ ਹੈ ਉਹ ਇਹ ਹੈ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਅਦਾਰਾ ਗੁਰੂ ਰਾਮਦਾਸ ਵੱਲਾ ਹੌਸਪੀਟਲ ਹੈ, ਇਹ ਤਾਂ ਸਿਰਫ ਮਸਾਲਾ ਸੀਗਾ, ਉੱਥੇ ਸੂਰ ਦਾ ਮੀਟ ਵੀ ਮਿਲਦਾ, ਉੱਥੇ ਚਿਕਨ ਵੀ ਮਿਲਦਾ, ਉੱਥੇ ਮੱਛੀ ਵੀ ਮਿਲਦੀ ਹੈ ਅਤੇ ਉੱਥੇ ਮਟਨ ਵੀ ਮਿਲਦਾ, ਔਰ ਹੋਸਟਲ 'ਚ ਸ਼ੁੱਕਰਵਾਰ ਦੇ ਸ਼ੁੱਕਰਵਾਰ ਜਿਹੜਾ ਚਿਕਨ ਸਪਲਾਈ ਕੀਤਾ ਜਾਂਦਾ। ਇਹ ਮੈਂ ਇਹਨਾਂ ਦੀ ਦੋਗਲੀ ਨੀਤੀ ਦੇ ਵਿਰੁੱਧ ਜਿਹੜੀ ਪ੍ਰੈਸ ਕਾਨਫਰੰਸ ਸੱਦੀ ਸੀਗੀ ਔਰ ਦੱਸਿਆ ਕਿ ਆਹ ਇਹਨਾਂ ਦਾ ਅਸਲੀ ਚਿਹਰਾ, ਇਹਨਾਂ ਨੂੰ ਨੰਗੇ ਕਰਨ ਲਈ ਸੱਦੀ ਸੀ।